ਤੁਹਾਡਾ ਇੱਕ ਬ੍ਰੇਕਟ ਬਾਤ ਤੁਹਾਡਾ ਸਵਾਗਤ ਹੈ ਜੀ ਡਾਰ ਸਾਹਿਬ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ ਪਰ ਉਹਦੇ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸ੍ਰੋਤਿਆਨਾਥ ਸਾਹ ਜਾਨੀ ਚਾਹਾਂਗੇ ਕਿ ਜਿਹੜਾ ਤੁਸੀਂ ਕੱਲ ਨਾਓ ਮੈਗਜ਼ੀਨ ਵਿੱਚ ਜੋ ਸੈਂਡੀ ਹੰਟਸਨ ਦੀ ਜੋ ਲਿਖਤ ਸਾਂਝੀ ਕੀਤੀ ਸੀ ਸਾਡੇ ਦਰਸ਼ਕਾਂ ਨਾਲ ਉਹ ਸਾਡੇ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ ਉਸ ਤੇ ਵਿਊਜ਼ ਆਏ ਨੇ 95k ਐਂਡ ਸ਼ੇਅਰਸ ਨੇ 292 ਕਮੈਂਟਸ ਨੇ 184 ਸਾਰੇ ਆਪਣੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡਾ ਪਹਿਲਾ ਸੈਗਮੈਂਟ ਸੀ ਉਸ ਤੇ ਕਾਫੀ ਸਾਰੇ ਵਿਊਜ਼ ਆਏ ਨੇ ਕਮੈਂਟਸ ਆਏ ਨੇ ਸਾਰੇ ਕੋਲ ਪਹਿਲਾ ਮੈਸੇਜ ਆਇਆ ਹੈ ਮਨਜੀਤ ਸਿੰਘ ਮਠਾਰੂ ਜੀ ਦਾ ਮਠਾਰੂ ਜੀ ਦਾ ਲਿਖਦੇ ਨੇ ਖੇਡ ਹੈ ਤੇ ਸਦੀਆਂ ਤੋਂ ਖੇਡ ਚੱਲ ਰਹੀ ਹੈ ਤੇ ਸਿੱਖ ਜਾਗਰੇ ਨੇ ਟੀਵੀ 84 ਜਿੰਦਾਬਾਦ ਐਂਡ ਵਿਲ ਇਨ ਟਿਲ ਫਰੋਮ ਦਾ ਖਾਲਸਾ ਜਿੰਦਾਬਾਦ ਟਿਲ ਫੋਰਮ ਦਾ ਖਾਲਸਾ ਜਿੰਦਾਬਾਦ ਬਹੁਤ ਸ਼ੁਕਰੀਆ ਵੀਰ ਮਨਜੀਤ ਸਿੰਘ ਜੀ ਜਦੋਂ ਤੁਹਾਡੇ ਵਰਗੇ ਵੀਰ ਜਾਗ ਰਹੇ ਤਾਂ ਅਸੀਂ ਮੰਨ ਲੈਂਦੇ ਆਂ ਵੀ ਜਾਗ ਰਹੇ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਜਿਹੜੇ ਨੇ ਉਹ ਗਫਲਤ ਦੀ ਨੀਂਦ ਚ ਸੁੱਤੇ ਹੋਏ ਨੇ ਪਰ ਜਿੰਨੇ ਜਾਗਦੇ ਨੇ ਜੇ ਉਹਨੇ ਕੀ ਜਾਗਦੇ ਰਹਿਣ ਹੱਥ ਡੰਡਾ ਫੜ ਕੇ ਤੇ ਮੇਰਾ خیال ਹੈ ਵੀ ਸਤਗੁਰੂ ਰਹਿਮਤ ਕਰਨਗੇ ਅਸੀਂ ਇਹਨਾਂ ਦੇ ਫਰੀਬ ਜਾੜ ਨੂੰ ਉਤਾਰ-ਤਾਰ ਕਰਨ ਦੀ ਹਿੰਮਤ ਰੱਖੀ ਜੀ ਡਾਕਟਰ ਸਾਹਿਬ ਸਾਡੇ ਕੋਲ ਬਹੁਤ ਸਾਰੇ ਮੈਸੇਜ ਆਏ ਨੇ ਉਹਨਾਂ ਨੇ ਸਾਨੂੰ ਫਤਿਹ ਬੁਲਾਈ ਹੈ ਤੇ ਸਾਡੇ ਟੀਵੀ 84 ਦੇਸ਼ ਲਗਾ ਵੀ ਕੀਤੀ ਹੈ ਭਪਿੰਦਰ ਸਿੰਘ ਵੀ ਲਿਖਦੇ ਨੇ ਲਾਹਨਤ ਹੈ ਪੰਜਾਬ ਦੀ ਪੁਲਿਸ ਤੇ ਫਿਰ ਸਾਡੇ ਕੋਲ ਸਿੰਘ ਜਾਗੀ ਜੀ ਦਾ ਮੈਸੇਜ ਆਇਆ ਇਹ ਲਿਖਦੇ ਨੇ ਬਿਹਾਰ ਦੇ ਕਿਸਾਨ ਨੇਤਾ ਨੇ ਵੀ ਵੱਖਰਾ ਸ਼ਡਿਊਲ ਕਾਸਟ ਦੇਸ਼ ਦੀ ਮੰਗ ਦਲਤਾਂ ਨੇ ਸੰਵਧਾਨਿਕ ਖਾਕੌਣ ਵਾਲੇ ਫੈਸਲੇ ਤੋਂ ਬਾਅਦ ਕੀਤੀ ਮੰਗ ਬਹੁਤ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਹੈ ਮੇਰੇ ਸਾਹਮਣੇ ਸਟੇਟਮੈਂਟ ਨਹੀਂ ਆਈ ਲੇਕਿਨ ਜੋ ਨੀਤੀਆਂ ਹਿੰਦੂਤਵਾਦੀਆਂ ਚੱਲ ਰਹੀਆਂ ਔਰ ਜਿਸ ਸੰਦਾਜ ਦੇ ਵਿੱਚ ਇਹ ਦਲਤ ਲਾਵਾ ਭਾਰਤ ਭਾਰ ਦੇ ਵਿੱਚ ਫੁੱਟਿਆ ਹੈ ਖਾਸ ਤੌਰ ਤੇ ਹਿੰਦੂ ਹਾਰਟਲੈਂਡਸ ਜੀ ਜ਼ਾਹਰ ਹੈ ਵੀ ਇਹ ਸਾਡੇ ਲਈ ਮੌਕਾ ਹੈ ਕਿ ਅਸੀਂ ਜਿੰਨੇ ਵੀ ਦਲੇ ਹੋਏ ਹੈ ਆਪਰੈਸਟ ਹੈ ਜੀ ਸਿੱਖ ਮੁਸਲਮਾਨ ਇਸਾਈ ਦਲਤ ਮੂਲ ਨਿਵਾਸੀ ਸਾਨੂੰ ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਹੈ ਜੀ ਦੂਸਰੇ ਸੈਗਮੈਂਟ ਤੇ ਵੀ ਸਾਡੇ ਕੋ ਕਾਫੀ ਸਾਰੇ ਮੈਸੇਜ ਆਏ ਨੇ ਗੁਰਬ੍ਰੀਜ ਸਿੰਘ ਰਾਮਗੜੀਆ ਜੀ ਲਿਖਦੇ ਨੇ ਵੀਰ ਜੀ ਤੁਹਾਡੇ ਵਰਗੇ ਸਟਰੋਂਗ ਪੋਲਿਟਿਕਲ ਸੈਂਸ ਵਾਲੇ ਆਗੂ ਚਾਹੀਦੇ ਨੇ ਪੰਜਾਬ ਆ ਕੇ ਪੰਥਕ ਪਾਰਟੀ ਬਣਾਓ ਤੇ ਜਿੱਤੋ ਇਲੈਕਸ਼ਨ ਕਰੋ ਸਰਪ੍ਰਸਤੀ ਟੇਕ ਸਕਾਲਰਸ ਲਾਈਕ ਅਜਮੇਰ ਸਿੰਘ ਗੁਰਦਰਸ਼ਨ ਢਿੱਲੋਂ ਸੁਖਪ੍ਰੀਤ ਉਦੋਕੇ ਮਾਨ ਸਾਹਿਬ ਟੁਗੇਦਰ ਔਨ ਸਿੰਗਲ ਸਟੇਜ 1 ਫੋਰ 1 ਕਾਜ਼ ਗੁਰੂਪ੍ਰੀਤ ਤੇ ਗੁਰੂ ਗ੍ਰੰਥ ਗੁਰੂ ਫਤਿਹ ਜੀ ਬਹੁਤ ਸ਼ੁਕਰੀਆ ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡਾ ਅਸੀਂ ਸਮਝਦੇ ਆਂ ਵੀ ਅਸੀਂ ਐਪਰੀਸ਼ੀਏਟ ਕਰਦੇ ਆਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੇ ਵੀਰ ਪੈਣਾ ਪੰਥਰ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਨੇ ਅਸੀਂ ਇਸ ਕਨਕਲੂਜਨ ਤੇ ਪਹੁੰਚੇ ਹੋਏ ਆਂ ਕਿ ਅਲਟੀਮੇਟਲੀ ਉਸ ਸਿਸਟਮ ਨੂੰ ਜਦੋਂ ਤੱਕ ਸੋਵੀਅਤ ਯੂਨੀਅਨ ਵਾਂਗ 15 ਹਿੱਸਿਆਂ ਜਿਵੇਂ ਸੋਵੀਅਤ ਯੂਨੀਅਨ ਟੁੱਟਿਆ ਤੋੜ ਨਹੀਂ ਦਿੱਤਾ ਜਾਂਦਾ ਉੱਥੋਂ ਦੇ ਸਿਸਟਮ ਚੋਂ ਸਾਡੇ ਲਈ ਇਨਸਾਫ ਨਹੀਂ ਨਿਕਲਦਾ ਹਾਲਾਂਕਿ ਜਿਹੜੇ ਉੱਥੇ ਰਹਿੰਦੇ ਆ ਲੜਦੇ ਨੇ ਉਹ ਭਾਵੇਂ ਚੋਣਾ ਵੀ ਲੜਨ ਜਾਂ ਕੋ ਹੋਰ ਵੀ ਅਸੀਂ ਕੋਈ ਉਸ ਨੂੰ ਨਹੀਂ ਵਿਰੋਧ ਕਰਦੇ ਪਰ ਕੁੱਲ ਮਿਲਾ ਕੇ ਇਸ ਵੇਲੇ ਦੁਨੀਆ ਦੇ ਵਿੱਚ ਜਿਹੜੀਆਂ ਡਾਇਸਪੋਰਾ ਕਮਿਊਨਿਟੀਜ਼ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਔਰ ਕਿਤੇ ਵੀ ਬੈਠ ਕੇ ਅੱਜ ਦੀ ਟੈਕਨੋਲੋਜੀ ਔਰ ਦੂਸਰੇ ਚ ਕਮਿਊਨੀਕੇਸ਼ਨ ਹੁੰਦੀ ਹੈ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਹਾਡੇ ਕੰਸਰਨ ਨੂੰ ਔਰ ਤੁਹਾਡੇ ਸ਼ਲਾਘਾ ਦੇ ਸ਼ਬਦਾਂ ਨੂੰ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਰਾਜ ਸਾਹਿਬ ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਐਂਡ ਵਾਲੇ 이슈 ਤੇ ਜੀਟਾਰ ਸਾਹਿਬ ਅ ਦੇਖੋ ਜਿਵੇਂ ਭਾਈ ਸਾਹਿਬ ਨੇ ਅਖੀਰ ਦੇ ਵਿੱਚ ਆਪਣੇ ਮੈਸੇਜ ਕਿਹਾ ਅਸੀਂ ਹਰ ਉਸ ਸ਼ਖਸ ਨੂੰ ਧਿਰ ਨੂੰ ਐਪਰੀਸ਼ੀਏਟ ਕਰਦੇ ਆਂ ਜਿਹੜਾ ਕੋਈ ਐਕਟੀਵਿਟੀ ਕਰਦਾ ਹੈ ਡਾਕਟਰ ਧਰਮਵੀਰ ਗਾਂਧੀ ਬੇਸ਼ੱਕ ਉਹ ਇੱਕ ਗੈਰ ਸਿੱਖ ਨੇ ਮੈਂਬਰ ਪਾਰਲੀਮੈਂਟ ਨੇ ਪਟਿਆਲਾ ਤੋਂ ਅਕਸਰ ਸਾਡੇ ਟੀਵੀ 84 ਦੇ ਉਹ ਹੋਸਟ ਵੀ ਜਿਹੜੇ ਨੇ ਉਹ ਗੈਸਟ ਵੀ ਹੁੰਦੇ ਨੇ ਜੀ ਉਹਨਾਂ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਹੈ ਹਾਲਾਂਕਿ ਹੁਣ ਉਹ ਆਮ ਆਦਮੀ ਪਾਰਟੀ ਨਾਲ ਅਜੇ ਉੱਥੋਂ ਸਸਪੈਂਡਡ ਨੇ ਉਹਨਾਂ ਨੇ ਪੰਜਾਬ ਮੰਚ ਨਾਂ ਦਾ ਇੱਕ ਗਰੁੱਪ ਖੜਾ ਕੀਤਾ ਜਿਹੜਾ ਪੋਲਿਟੀਕਲ ਪਾਰਟੀ ਤਾਂ ਨਹੀਂ ਬਣਾਈ ਔਰ ਇਹਦੇ ਬਿਹਾਫ ਤੇ ਅੱਜ ਉਹਨਾਂ ਨੇ ਜਿਹੜੀ ਅੱਜ ਦੀ ਖਬਰ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਰਾਜਵੰਦਰ ਸਿੰਘ ਬੈਂਸ ਜਿਹੜੇ ਜਸਟਿਸ ਅਜੀਤ ਸਿੰਘ ਬੈਂਸ ਦੇ بیٹے ਨੇ ਉਹਨਾਂ ਰਾਈਂ اور ਪਿਕਚਰ ਦਰਸ਼ਕ ਦੇਖ ਸਕਦੇ ਨੇ ਜ ਜਿਹਦੇ ਚ ਕਿ ਉਹਨਾਂ ਨੇ ਮੁੱਖ ਤੌਰ ਦੇ ਉੱਤੇ ਜਿਹੜਾ ਇਹ ਕਿਹਾ ਕਿ ਵੀ ਜਿਹੜਾ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ 1964 ਹੈ ਉਹਦੇ ਆਰਟੀਕਲ 78 79 ਤੇ 80 78 79 80 ਇਹ ਅਨ ਕਨਸਟੀਟਿਊਸ਼ਨਲ ਨੇ ਕਿਉਂਕਿ ਜਿਹੜੀ ਭਾਰਤੀ ਸੰਵਿਧਾਨ ਦੀ ਜਿਹੜੀ ਆਰਟੀਕਲ 162 ਤੇ 243 ਤਿੰਨ ਹੈ ਉਦੇ ਥੱਲੇ ਇਰੀਗੇਸ਼ਨ ਤੇ ਹਾਈਡਲ ਪਾਵਰ ਜਿਹੜੀ ਆ ਉਹ ਸਟੇਟਾਂ ਦੀ ਮਲਕੀਅਤ ਹੈ ਔਰ ਇਹਨਾਂ ਦੇ ਜਿਹੜੇ 78 79 80 ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੀਆਂ ਤਾਰਾਵਾਂ ਨੇ ਉਦੇ ਥੱਲੇ ਉਹ ਪੰਜਾਬ ਦੇ ਪਾਣੀਆਂ ਦੇ ਉੱਤੇ ਸੈਂਟਰਲ ਬਿਆਸ ਮੈਨੇਜਮੈਂਟ ਬੋਰਡ ਔਰ ਪਾਖੜਾ ਬਿਆਸ ਇਹ ਉਹਨਾਂ ਨੇ ਜਿਹੜਾ ਥੋਪਿਆ ਔਰ ਉਹਦੇ ਚੜੀ ਚੰਗੀ ਗੱਲ ਹੈ ਵੀ ਪਟੀਸ਼ਨ ਜਿਹਨਾਂ ਨੇ ਇਹ ਵੀ ਕਿਹਾ ਕਿ ਰਾਜਸਥਾਨ ਜਿਹੜਾ ਹੁਣ ਤੱਕ ਮੁਫਤ ਪਾਣੀ ਮੰਨ ਰਿਹਾ 11 ਲੱਖ ਕਰੋੜ ਰੁਪਏ ਦਾ ਪਾਣੀ ਇਸਤੇਮਾਲ ਕੀਤਾ ਹੈ ਨੇ ਔਰ ਇਹ ਪੈਸੇ ਦਿੱਤੇ ਜਾਂ ਸੋ ਮੈਂ ਸਮਝਦਾ ਐ ਵੀ ਇਹ ਇੱਕ ਚੰਗਾ ਰੁਝਾਨ ਹੈ ਕਿਉਂਕਿ ਪੰਜਾਬ ਦੀਆਂ ਮੁੱਖ ਪਾਰਟੀਆਂ ਨੇ ਤੇ ਆਲਮੋਸਟ ਗਿਵਾਪੀ ਕਰ ਦਿੱਤਾ ਕੋਈ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਕੋਈ ਐਜੀਟੇਸ਼ਨ ਕੋਈ ਲਾਈਨ ਕੋਈ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਸੋ ਉਹਨਾਂ ਨੇ ਇਹ ਬੜੀ ਕਲੀਅਰਲੀ ਇਹ ਕਿਹਾ ਪੰਜਾਬ ਮੰਚ ਦਾ ਕਿ ਭਾਈ ਅਸੀਂ ਫੈਡਰਲ ਸਟਰਕਚਰ ਚਾਹੁੰਦੇ ਜੀ ਔਰ ਇਹ ਸੈਂਟਰ ਬਹੁਤ ਪਾਵਰਫੁੱਲ ਹੋ ਰਿਹਾ ਔਰ ਜਿਹੜੇ ਸਾਡੇ ਸੰਵਿਧਾਨਕ ਹੱਕ ਨੇ ਸਾਡੇ ਪਾਣੀਆਂ ਤੇ ਸਾਡਾ ਹੱਕ ਹੈ ਤੁਸੀਂ ਮੈਂ ਅਪਰੀਸ਼ੀਏਟ ਕਰਦੇ ਆ ਕਿ ਪੰਜਾਬ ਦੇ ਸਾਡੇ ਹਿੰਦੂ ਵੀਰ ਜਿਨ੍ਹਾਂ ਨੇ 70 ਸਾਲਾਂ ਚ ਕਦੇ ਸਾਥ ਨਹੀਂ ਦਿੱਤਾ ਬਹੁਤੇ ਉਹਨਾਂ ਜੋ ਮਾਂ ਬੋਲੀ ਤੋਂ ਵੀ ਪਗਾੜੇ ਹੋਏ ਜੀ ਘੱਟੋਕਰ ਡਾਕਟਰ ਧਰਮਵੀਰ ਗਾਂਧੀ ਜਾਂ ਜਿਵੇਂ ਡਾਇਰੈਕਟਰ ਜਨਰਲ ਪੁਲਿਸ ਰਿਟਾਇਰਡ ਸ਼ਸ਼ੀ ਕਾਂਤ ਉਹ ਕੈਰੇਕਟਰ ਨੇ ਜਿਹੜੇ ਐਜ਼ ਅ ਪੰਜਾਬੀ ਸੋਚਦੇ ਨੇ ਔਰ ਕੁਝ ਕਰਨਾ ਚਾਹੁੰਦੇ ਨੇ ਪੰਜਾਬ ਲਈ ਸੋ ਅਸੀਂ ਅਪਰੀਸ਼ੀਏਟ ਕਰਦੇ ਹਾਂ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਸਾਡੇ 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 ਦਰਸ਼ਕਾਂ ਦਾ ਸਤੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਦਾ ਆਸਾ ਰਾਗ ਦਾ ਸ਼ਬਦ ਆਸਾ ਮਹੱਲਾ ਤੀਜਾ ਚੁਣਿਆ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸਿਵਤ ਹੀ ਸੁਖ ਸ਼ਾਂਤ ਸਰੀਰ ਸ਼ਬਦ ਪਰੇ ਜਨ ਸਹਿਜ ਸੁਭਾਏ ਤਿਨ ਕੇ ਹਮ ਸਦ ਲਾਗੈ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁਖ ਲਾਤਾ ਤੇ ਹਰ ਦਰਗੈ ਮਿਲੈ ਸੁਬਾਏ ਰਹਾਉ ਰਹਾਉ ਦੀ ਤੱਕ ਕੇਂਦਰੀ ਨੁਕਤਾ ਜੀ ਕਿ ਜਿਨ੍ਹਾਂ ਦੇ ਮਨ ਵਾਹਿਗੁਰੂ ਦੇ ਪਿਆਰ ਵਿੱਚ ਰੰਗੇ ਹੋਏ ਨੇ ਜੋ ਮਨ ਰਾਤੇ ਹਰ ਰੰਗ ਲਾਏ ਤਿੰਨ ਕਾ ਜਨਮ ਮਰਨ ਦੁੱਖ ਲਥਾ ਕਿਉਂਕਿ ਜਿਹੜਾ ਜਨਮ ਮਰਨ ਦਾ ਦੁੱਖ ਹੈ ਇੱਕ ਜਿਹੜੀ ਪੀੜ ਹੈ ਜਿਹੜਾ ਇੱਕ ਡਰ ਵੀ ਹੈ ਖੋਫ ਵੀ ਹੈ ਉਹ ਉਹਨਾਂ ਦਾ ਲਥ ਜਾਂਦਾ ਜਿਹੜਾ ਰੱਬ ਦੇ ਰੰਗ ਚ ਰੰਗੇ ਜਾਂਦੇ ਨੇ ਜੀ ਤੇ ਹਰ ਦਰਗਹਿ ਮਿਲੈ ਸੁਬਾਏ ਉਹ ਉਸ ਵਾਹਿਗੁਰੂ ਦੀ ਦਰਗਾਹ ਚ ਵਾਹਿਗੁਰੂ ਦੇ ਨਾਲ ਇਕਮਿਕ ਹੁੰਦੇ ਨੇ ਉਹਨਾਂ ਦੇ ਨਾਲ ਮਿਲੇ ਹੁੰਦੇ ਨੇ ਔਰ ਫਿਰ ਉਸ ਵਾਹਿਗੁਰੂ ਦੀ ਸਫਤੀ ਸ਼ਬਦ ਦੀ ਸ਼ੁਰੂਆਤ ਸੀ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਗਹਿਰ ਹੁੰਦਾ ਡੂੰਗਾ ਗੰਭੀਰ ਹੁੰਦਾ ਵੱਡਾ ਜਿਗਰੇ ਵਾਲਾ ਕਿ ਮੇਰਾ ਵਾਹਿਗੁਰੂ ਬੜਾ ਗੰਭੀਰ ਹੈ ਡੂੰਗਾ ਹੈ ਵੱਡੇ ਜਿਗਰੇ ਵਾਲਾ ਉਸ ਨੂੰ ਯਾਦ ਕਰਦਿਆਂ ਹੀ ਸੇਵਤ ਦਾ ਮਤਲਬ ਹੈ ਉਹਦੀ ਸਿਮਰਨ ਉਹਦੀ ਯਾਦ ਨਾਲ ਸੁਖ ਸ਼ਾਂਤ ਸੁਖ ਸ਼ਾਂਤ ਸਰੀਰ ਜੀ ਕਿ ਤੁਹਾਡੇ ਅੰਦਰ ਇੱਕ ਟ੍ਰਾਂਕਵਿਲਿਟੀ ਇੱਕ ਚੈਨ ਇੱਕ ਆਰਾਮ ਇੱਕ ਆਪਣੇ ਆਪ ਦੇ ਵਿੱਚ ਇੱਕ ਬੜਾ ਠਹਿਰਾਵ ਆ ਜਾਂਦਾ ਹੈ ਸ਼ਬਦ ਧਰੇ ਜਨ ਸਹਿਜ ਸੁਭਾਉ ਸੁਆਗੁਰੂ ਦੀ ਯਾਦ ਉਸ ਦੇ ਸ਼ਬਦ ਦੇ ਨਾਲ ਮਨੁੱਖ ਸਹਿਜ ਸੁਭਾ ਜਿਹੜਾ ਉਹ ਜੀਵਨ ਦੇ ਸਾਰੇ ਵਿਖੜੇ ਪੰਡੇ ਨੂੰ ਤੈਅ ਕਰ ਲੈਂਦਾ ਤਿੰਨ ਕੇ ਹਮਸਦ ਲੱਗਾਂ ਪਾਏ ਕਿ ਐਸੇ ਜਨ ਜਿਹੜੇ ਵਾਹਿਗੁਰੂ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਦੇ ਪੈਰੀਂ ਲੱਗਦਾ ਹਾਂ ਉਹਨਾਂ ਦੇ ਚਰਨਾਂ ਨੂੰ ਮੈਂ ਚੁੰਮਦਾ ਜੀ ਫਿਰ ਗੁਰੂ ਸਾਹਿਬ ਫਰਮਾਉਂਦੇ ਨੇ ਸ਼ਬਦ ਚੱਖੇ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਾ ਭਰਪੂਰ ਆਪੇ ਨੇੜੇ ਆਪੇ ਦੂਰ ਜਿਹੜਾ ਉਸ ਵਾਹਿਗੁਰੂ ਦੇ ਸ਼ਬਦ ਦੇ ਪ੍ਰੇਮ ਰਸ ਨੂੰ ਚੱਖਦਾ ਉਹ ਉਸ ਸੱਚੇ ਸਵਾਦ ਦਾ ਅਨੁਭਵ ਕਰਦਾ ਹੈ ਉਸ ਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ ਵਾਹਿਗੁਰੂ ਹਰ ਥਾਂ ਤੇ ਭਰਪੂਰ ਹੈ ਓਮਨੀ ਪ੍ਰੈਜ਼ੈਂਟ ਹੈ ਵਸਿਆ ਹੋਇਆ ਉਹ ਨੇੜੇ ਵੀ ਹੈ ਦੂਰ ਵੀ ਹੈ ਕਿਉਂਕਿ ਉਹ ਹਰ ਥਾਂ ਹੈ ਜੇ ਅਸੀਂ ਉਹਨੂੰ ਨੇੜੇ ਹੋ ਕੇ ਦੇਖਦੇ ਹਾਂ ਤਾਂ ਫਿਰ ਉਹ ਨੇੜੇ ਹੈ ਤੇ ਜੇ ਅਸੀਂ ਦੂਰ ਹੋ ਕੇ ਦੇਖਦੇ ਹਾਂ ਤਾਂ ਫਿਰ ਦੂਰ ਹੈ ਆਖਣ ਆਖੇ ਬਕੈ ਸਭ ਕੋਏ ਆਪੇ ਬਖਸ਼ ਮਿਲਾਏ ਸੋਏ ਕਹਿਣਾ ਕਥਨ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਇ ਪ੍ਰਾਤਨ ਪੰਜਾਬੀ ਚ ਹੁਣ ਅੱਜ ਤਾਂ ਬਖਣਾ ਮਾੜਾ ਹੁੰਦਾ ਨਾ ਕਹਿੰਦੇ ਨੇ ਤੂੰ ਬਕ ਬਕ ਕਰਦਾ ਲੇਕਿਨ ਬਹੁਤ ਸਾਰੇ ਗੁਰਬਾਣੀ ਚ ਜਿਵੇਂ ਕੋਈ ਜਨ ਹਰਿ ਸਿਉ ਦੇਵੈ ਜੋਰ ਸ਼ਬਦ ਕਹੋ ਸੁਨੋ ਸੁਨੋ ਸੁਭ ਰਚਨਾ ਦੀਜੈ ਪ੍ਰਾਨ ਅਕੋਰ ਉਹਦੇ ਚ ਮਨੁਸ਼ਦ ਮੈਂ ਠੀਕ ਨਹੀਂ ਕੋਟ ਕਰ ਰਿਹਾ ਜੀ ਕਿ ਭਈ ਜਿਹੜਾ ਬਕਣਾ ਹੈ ਉਹ ਗੁਰਬਾਣੀ ਦੇ ਵਿੱਚ ਬੋਲਣ ਦੀ ਸੈਂਸ ਚਾਹੇ ਇਸ ਸ਼ਬਦ ਦੇ ਵਿੱਚ ਵੀ ਜਿਹੜੇ ਗੁਰੂ ਸਾਹਿਬ ਨੇ فرمایا ਆਖਣ ਆਖੇ ਬਕੈ ਸਭ ਕੋਏ ਉਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਹਰ ਕੋਈ ਬੋਲਦਾ ਹੈ ਬਖਦਾ ਆਪੇ ਬਖਸ਼ੇ ਮੇਲ ਆਪੇ ਬਖਸ਼ ਮਿਲਾਏ ਸੋਏ ਕਰਨੇ ਕਥਨ ਨਾ ਪਾਇਆ ਜਾਏ ਗੁਰਪ੍ਰਸਾਦ ਵਸੈ ਮਨਾਏ ਪਰ ਸਿਰਫ ਬੋਲਣ ਦੇ ਨਾਲ ਨਹੀਂ ਜੇ ਉਸ ਦੀ ਬਖਸ਼ਿਸ਼ ਹੋਏ ਚਰਨ ਗੋਹੋਂ ਬਕੋਂ ਸ਼ੁਭ ਰਸਨਾ ਜੀ 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 ਹੁਣ ਇਹਦੇ ਕਿ ਬਈ ਉਹ ਆਪ ਹੀ ਬਖਸ਼ਿਸ਼ ਕਰਕੇ ਮਿਲਾ ਲੈਂਦੇ ਕਹਿਣਾ ਕਥਨ ਨਾ ਪਾਇਆ ਜਾਏ ਗੁਰਪ੍ਰਸਾਦੀ ਵਸੈ ਮਨ ਆਏ ਸਿਰਫ ਜ਼ਬਾਨੀ ਕਲਾਮੀ ਕਹਿਣ ਦੇ ਨਾਲ ਉਹ ਵਾਹਿਗੁਰੂ ਹਾਸਲ ਨਹੀਂ ਹੁੰਦਾ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਉਹ ਮਨ ਦੇ ਵਿੱਚ ਆ ਕੇ ਵਸਦਾ ਤੇ ਅਖੀਰਲੇ ਪਦੇ ਜੀ ਗੁਰੂ ਸਾਹਿਬ ਫਰਮਾਉਂਦੇ ਨੇ ਗੁਰਮੁਖ ਵਿੱਚੋਂ ਆਪ ਗਵਾਏ ਹਰ ਰੰਗ ਰਾਤੇ ਮੋਹ ਚੁਕਾਏ ਅਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਣ ਹਾਥ ਕਿ ਜਿਹੜਾ ਗੁਰੂ ਵੱਲ ਮੂੰਹ ਕਰਦਾ ਹੈ ਗੁਰੂ ਦੇ ਰਸਤੇ ਤੇ ਤੁਰਦਾ ਹੈ ਵਿੱਚੋਂ ਆਪ ਗਵਾਏ ਉਹਦੇ ਅੰਦਰੋਂ ਹੋਮੇ ਦਾ ਖਾਤਮਾ ਹੁੰਦਾ ਹੈ ਜੀ ਹੋਮੇ ਦਾ ਉਹ ਖਾਤਮਾ ਕਰਦੇ ਹਰ ਰੰਗ ਰਾਤੇ ਉਹ ਵਾਹਿਗੁਰੂ ਦੇ ਰੰਗ ਵਿੱਚ ਰੁੱਤਾ ਹੋਇਆ ਮੋਹ ਚੁਕਾਏ ਉਹਦੇ ਵਿੱਚੋਂ ਮੋਹ ਖਤਮ ਹੋ ਜਾਂਦੇ ਅਤ ਨਿਰਮਲ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਬਹੁਤ ਨਿਰਮਲ ਬਹੁਤ ਪਵਿੱਤਰ ਬੜਾ ਪਾਇਸ ਕਮ ਜੀ ਨਾਨਕ ਨਾਮ ਸਵਾਰਨ ਹਾਥ ਇਸ ਰੇਣਾ ਨੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਉਹ ਵਾਹਿਗੁਰੂ ਦਾ ਨਾਮ ਹੀ ਜੀਵਨ ਨੂੰ ਸਵਾਰਨ ਵੜਾ ਹੈ ਉਸ ਵਾਹਿਗੁਰੂ ਦੇ ਲੜ ਲੱਗੀਏ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਵੀਵਰਸ ਕੋ ਲੈਣੇ ਆ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS at tv 4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪੰਡਾਸਨ ਆ ਗਿਆ ਦੋ ਦੇਖਦੇ ਰਹੋ tv 24 ਫਲਾਦੇ ਹੋ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ